ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਗੁਰੂ ਨਾਨਕ ਚਮਤਕਾਰ ਜਿਸ ਵਿੱਚ ਇੱਕ પ્રસੰਗ ਹੈ ਭਾਈ ਚੰਡਾ ਜੀ ਉਹ ਉਸ ਦਾ ਅਗਲਾ ਸ੍ਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਿਛਲੇ ਹਿੱਸੇ ਵਿੱਚ ਅਸੀਂ ਪੜਿਆ ਸੀ ਕਿ ਭਾਈ ਚੰਡਾ ਜੀ ਪ੍ਰਸ਼ਾਦਾ ਤਿਆਰ ਕਰਵਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਜਾਂਦਾ ਹੈ ਇਸ ਹਿੱਸੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਚੰਡਾ ਜੀ ਦੀ ਵਾਰਤ ਲਾਪ ਹੈ ਜੋ ਅੱਜ ਕੱਲ ਸਾਡੇ ਤੇ ਵੀ ਟੁੱਕਦੀ ਹੈ ਕਿਉਂਕਿ ਕਈ ਹਨ ਜਿਹੜੇ ਘੜੀ-ਦੋ ਘੜੀ ਸਤਸੰਗ ਕਰਕੇ ਫਿਰ ਸਾਰਾ ਦਿਨ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਇਹ ਸਮਝਦੇ ਹਨ ਕਿ ਅਸੀਂ ਰੱਬ ਨੂੰ ਜਾਣਿਆ ਹੈ ਤੇ ਅਸੀਂ ਦੂਸਰਿਆਂ ਨਾਲੋਂ ਉੱਚੇ ਰਹੀ ਪਰ ਕੀ ਅਸੀਂ ਵਾਕਈ ਰੱਬ ਨੂੰ ਜਾਣਿਆ ਹੈ ਇਸ ਵਾਰਤ ਲਾਪ ਵਿੱਚ ਖੋਲ ਕੇ ਦਰਸਾਇਆ ਹੈ ਜੋ ਮਨ ਨੂੰ ਖੋਜਣ ਵਿੱਚ ਅਤਿਅੰਤ ਸਹਾਇਤਾ ਕਰਦਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਜਾਂ ਦੋਵੇਂ ਜਣੇ ਸ਼ਹਿਰੋਂ ਬਾਹਰ ਉਜਾੜ ਵਿੱਚ ਆਏ ਜਿੱਥੇ ਗੁਰੂ ਬਾਬਾ ਬੈਠਾ ਸੀ ਤਾਂ ਮਰਦਾਨੇ ਨੇ ਆ ਕੇ ਕਰਤਾਰ ਕਰਤਾਰ ਉਚਾਰ ਚਰਣਾ ਤੇ ਸਿਰ ਧਰਿਆ ਝਾਂਡੇ ਨੇ ਵੀ ਚੰਗੇਰ ਧਰ ਕੇ ਚਰਣਾ ਕੋਲ ਸੀਸ ਨਿਵਾ ਕੇ ਕਰਤਾਰ ਕਰਤਾ ਰੱਖਿਆ ਤਾਂ ਗੁਰੂ ਨਾਨਕ ਅਰਸ਼ਾਂ ਦੇ ਨੂਰ ਨੇ ਆਖਿਆ ਆਓ ਝੰਡਾ ਤਾਂ ਚੰਡੇ ਨੇ ਜੀਉ ਆ ਕੇ ਪ੍ਰਸ਼ਾਦ ਅੱਗੇ ਧਰਿਆ ਆਪ ਬੋਲੇ ਚੰਡਿਆ ਇਹ ਕੀ ਲੈ ਆਇਆ ਹੈ ਤਾਂ ਉਹ ਸਾਖਿਆ ਜੀਉ ਭੋਜਨ ਹੈ ਆਪ ਅੰਗੀਕਾਰ ਕਰੋ ਤੇ ਆਪਣੇ ਸੇਵਕ ਨੂੰ ਅਚਵਾਓ ਤਾਂ ਸਤਿਗੁਰੂ ਜੀ ਨੇ ਆਖਿਆ ਚੰਡਿਆ ਇਸ ਭੋਜਨ ਦੇ ਬਖਰੇ ਕਰ ਇੱਕ ਬਖਰਾ ਮਰਦਾਨੇ ਨੂੰ ਦੇ ਜੋ ਖਾਵੇ ਤੇ ਤ੍ਰਿਪਤ ਹੋ ਕੇ ਹਰ ਗੁਣ ਗਾਵੇ ਇਹ ਸੁਣ ਕੇ ਮਰਦਾਨੇ ਆਖਿਆ ਸਾਹਿਬਾ ਇਹ ਕਿਵੇਂ ਗੱਲ ਟੁੱਕਦੀ ਹੈ ਕਿ ਆਪ ਨਾ ਅੱਚੋ ਤੇ ਮੈਂ ਖਾਵਾਂ ਪਹਿਲਾਂ ਸਾਹਿਬ ਪਿਛੋਂ ਚਾਕਰ ਤਾਂ ਗੁਰੂ ਨਾਨਕ ਜੀ ਹੱਸੇ ਤੇ ਆਖਣ ਲੱਗੇ ਮਰਦਾਨਿਆਂ ਤੈਨੂੰ ਭੁੱਖ ਲੱਗੀ ਹੈ ਤੂੰ ਖਾ ਤੂੰ ਝਾਂਡੇ ਦਾ ਪੁਰਾਣਾ ਹੈ ਤੂੰ ਪਹਿਲਾਂ ਖਾ ਲੈ ਝਾਂਡਾ ਟੁਰ ਕੇ ਸਾਡੇ ਪਾਸ ਆਇਆ ਹੈ ਇਹ ਸਾਡਾ ਪੁਰਾਣਾ ਹੈ ਇਸ ਨੂੰ ਪਹਿਲਾਂ ਖੁਲਾਵਣਾ ਸਾਡਾ ਧਰਮ ਹੈ ਪਿਛੋਂ ਅਸੀਂ ਖਾਵਾਂਗੇ ਤਦ ਮਰਦਾਨਾ ਬਚਨ ਮੰਨ ਕੇ ਅਨ ਖਾਣ ਲੱਗਾ ਝਾਂਡਾ ਹੈਰਾਨ ਹੋ ਗਿਆ ਕਿ ਕਿੱਡੇ ਆਦਰ ਵਾਲੇ ਹਨ ਪਰ ਇਹ ਨਾ ਸਮਝਿਆ ਕਿ ਮੈਨੂੰ ਪਹਿਲਾਂ ਕੀ ਖਵਾਲਣਗੇ ਉਸ ਜਦ ਤੱਕ ਕਿ ਮਰਦਾਨੇ ਤੋਂ ਮਗਰੋਂ ਅਨ ਖਾਣ ਦੀ ਮੇਰੀ ਵਾਰੀ ਆਵੇਗੀ ਤੇ ਫਿਰ ਜੋਤੀ ਰੂਪ ਜੀ ਆਪ ਛੱਕਣਗੇ ਝਾਂਡਾ ਇਨ੍ਹਾਂ ਸੋਚਾਂ ਵਿੱਚ ਹੀ ਸੀ ਕਿ ਸਤਿਗੁਰੂ ਜੀ ਨੇ ਪੁੱਛਿਆ ਝੰਡਿਆ ਇਹ ਭੋਜਨ ਤੂੰ ਆਪਣੇ ਘਰੋਂ ਲਿਆਇਆ ਹੈ ਚੰਡਾ ਜੀਉ ਜੀ ਭੋਜਨ ਤਾਂ ਪਰਮੇਸ਼ਰ ਦੇ ਘਰੋਂ ਆਇਆ ਹੈ ਮੈਂ ਕੋਣ ਵਿਚਾਰਾ ਹਾਂ ਗੁਰੂ ਜੀ ਚੰਡਿਆ ਭੋਜਨ ਕੱਲਣ ਵਾਲੇ ਪਰਮੇਸ਼ਰ ਨੂੰ ਤੂੰ ਜਾਣਦਾ ਹੈ ਚੰਡਾ ਇਹ ਤਾਂ ਏ ਨਿਰੰਕਾਰ ਜੀ ਸਭ ਕੋਈ ਜਾਣਦਾ ਹੈ ਜੋ ਪਰਮੇਸ਼ਰ ਹੈ ਤੇ ਉਹ ਪਾਲਣਾ ਕਰਦਾ ਹੈ ਗੁਰੂ ਜੀ ਕੀ ਤੂੰ ਪਰਮੇਸ਼ਰ ਨੂੰ ਜਾਣਿਆ ਹੈ ਝੰਡਾ ਕੁਛ ਹਰਿਆਣੋ ਕੇ ਜਿਉ ਜਾਣਿਆ ਹੈ ਤਾਂ satsang 발ਚਿਤ ਨੂੰ ਰੁਚੀ ਰਹਿੰਦੀ ਹੈ ਗੁਰੂ ਜੀ ਜੇ ਜਾਣਿਆ ਹੈ ਤਾਂ ਵਿਆਕਲ ਕਾਸ ਨੂੰ ਹੋਇਆ ਕਰਦਾ ਹੈ ਵਿਆਕਲਤਾ ਤਾਂ ਨਾ ਜਾਣਨੇ ਦੀ ਨਿਸ਼ਾਨੀ ਹੈ ਜਿਸ ਜਾਤਾ ਹੈ ਉਹ ਕਿਉਂ ਕਾਬਰ ਦਾ ਹੈ ਝੰਡਿਆ ਚੰਗੀ ਤਰ੍ਹਾਂ ਵਿਚਾਰ ਤੂੰ ਜਾਤਾ ਨਹੀਂ ਹੋਣਾ ਝੰਡਾ ਕਿਵੇਂ ਜੀਉ ਵਿਆਕੁਲਤਾ ਬੜਾ ਰਹਿੰਦਾ ਹਾਂ ਗੁਰੂ ਜੀ ਜਿਸ ਘਟ ਵਿੱਚ ਪਰਮੇਸ਼ਰ ਦੀ ਜਾਣ ਆਈ ਹੈ ਉੱਥੇ ਫਿਰ ਕਬਰਾ ਨਹੀਂ ਉਹ ਜੋਤ ਸਰੂਪ ਹੈ ਗਿਆਨ ਸਰੂਪ ਹੈ ਜਦ ਸਾਡੀ ਜਾਨ ਵਿੱਚ ਗਿਆਨ ਸਰੂਪ ਆ ਗਿਆ ਤਾਂ ਦੁਚਿਤਾਈ ਨਹੀਂ ਰਹਿੰਦੀ ਦੁਚਿਤਾਈ ਬਿਨਾਂ ਵਿਆਕੁਲਤਾ ਨਹੀਂ ਹੁੰਦੀ ਛੰਡਾ ਸੋਚ ਕੇ ਠੀਕ ਗੁਰੂ ਜੀ ਭੱਲਾ ਚੰਡਿਆ ਜਦੋਂ ਤੂੰ ਸਵੇਰੇ ਉੱਠ ਕੇ ਮਨ ਦੀਆਂ ਧੋੜਾਂ ਨੂੰ ਠਲਦਾ ਹੈ ਭਗਵੰਤ ਵੱਲੇ ਖਿਆਲ ਨੂੰ ਮੋੜਦਾ ਹੈ ਤਦੋਂ ਤਾਂ ਉਸ ਵੱਲ ਧਿਆਨ ਪੈਂਦਾ ਹੈ ਪਰ ਜਦੋਂ ਕੰਮ ਕਾਜ ਵਿੱਚ ਮਗਨ ਹੁੰਦਾ ਹੈ ਸਾਰਾ ਦਿਨ ਤਦੋਂ ਮਨ ਉਸ ਕੰਮ ਕਾਜ ਵਿੱਚ ਹੁੰਦਾ ਹੈ ਮਗਨ ਤਦੋਂ ਤੂੰ ਕੰਮ ਕਾਜ ਨੂੰ ਜਾਣਦਾ ਹੈ ਭਗਵੰਤ ਨੂੰ ਨਹੀਂ ਜਾਣਦਾ ਚੰਡਾ ਹਾਂਜੀ ਸੱਚ ਤਾਂ ਇਹੋ ਹੈ ਗੁਰੂ ਜੀ ਤਾਂ ਤੂੰ ਪਰਮੇਸ਼ਰ ਨੂੰ ਅਜੇ ਨਹੀਂ ਜਾਣਦਾ ਕਿਉਂ ਜੋ ਜਦੋਂ ਆਸਣ ਲਾ ਬੈਠਦਾ ਹੈ ਤਾਂ ਮਨ ਦਸੋ ਦਿਸ਼ਾਵਾਂ ਵੱਲ ਧਾਉਂਦਾ ਹੈ ਤੇਥੋਂ ਰੁਕਦਾ ਨਹੀਂ ਕਦੇ ਨਾਮ ਰੂਪ ਮਿੱਥਿਆ ਖਿਆਲ ਕਰਕੇ ਅਨਾਮ ਰੂਪ ਦਾ ਇੱਕ ਆਪਣਾ ਸ਼ੂਨ ਵਰਗਾ ਖਿਆਲ ਬਣਾ ਬਣਾ ਕੇ ਉਸ ਵਿੱਚ ਟਿਕਣ ਦੇ ਤਰਲੇ ਲੈਂਦਾ ਹੈ ਸੋ ਉਹ ਤਾਂ ਵਕਤ ਲੰਘਿਆ ਤਰਲਿਆਂ ਵਿੱਚ ਦਿਹਾੜੀ ਕੰਮਾਂ ਦੀ ਜਾਣ ਸਿਆਣ ਤੇ ਭੁਗਤਾਉਣ ਵਿੱਚ ਸਮਾਂ ਲੰਘ ਗਿਆ ਰਾਤ ਨੀਂਦ ਵਿੱਚ ਸੁੱਤੇਆਂ ਜਾਂ ਸੁਪਨਿਆਂ ਵਿੱਚ ਰੁਝੀਆਂ ਲੰਘ ਗਈ ਪਰਮੇਸ਼ਰ ਨੂੰ ਤੂੰ ਕਦੋਂ ਜਾਣਦਾ ਹੁੰਦਾ ਹੈ ਹਾਂਜੀ ਗੁਰੂ ਜੀ ਦੇ ਲਫ਼ਜ਼ ਫਿਰ ਦੁਹਰਾ ਦਈ ਗੁਰੂ ਜੀ ਤਾਂ ਤੂੰ ਪਰਮੇਸ਼ਰ ਨੂੰ ਅਜੇ ਨਹੀਂ ਜਾਣਦਾ ਕਿਉਂ ਜੋ ਜਦੋਂ ਆਸਣ ਲਾ ਬੈਠਦਾ ਹੈ ਤਾਂ ਮਨ ਦਸੋਂ ਦਿਸ਼ਾਵਲ ਤਾਉਂਦਾ ਹੈ ਤੇਥੋਂ ਰੁਕਦਾ ਨਹੀਂ ਕਦੇ ਨਾਮ ਰੂਪ ਮਿੱਥਿਆ ਖਿਆਲ ਕਰ ਕਰਕੇ ਅਨਾਮ ਅਰੂਪ ਦਾ ਇੱਕ ਆਪਣਾ ਸ਼ੂਨ ਵਰਗਾ ਖਿਆਲ ਬਣਾ ਬਣਾ ਕੇ ਉਸ ਵੀ ਟਿਕਣ ਦੇ ਤਰਲੇ ਲੈਂਦਾ ਹੈ ਸੋ ਉਹ ਤਾਂ ਵਕਤ ਲੰਘਿਆ ਤਰਲਿਆਂ ਵਿੱਚ ਦਿਹਾੜੀ ਕੰਮਾਂ ਦੀ ਜਾਣ ਸਿਆਣ ਤੇ ਭੁਗਤਾਉਣ ਵਿੱਚ ਸਮਾਂ ਲੰਘ ਗਿਆ ਰਾਤ ਨੀਂਦ ਵਿੱਚ ਸੁੱਤਿਆਂ ਜਾਂ ਸੁਪਨਿਆਂ ਵਿੱਚ ਰੁਝਿਆ ਲੰਘ ਗਈ ਪਰਮੇਸ਼ਰ ਨੂੰ ਤੂੰ ਕਦੋਂ ਜਾਣਦਾ ਹੁੰਦਾ ਹੈ ਆਪਣੇ ਮਨ ਦੀ ਇਹ ਵਿਵੇਚਨਾ ਤੇ ਆਪਣੇ ਰੁਝੇਵੇਂ ਦਾ ਇਹ ਹਿਸਾਬ ਸੁਣ ਕੇ ਚੰਡਾ ਕਬਰਾਇਆ ਕਬਰਾ ਕੇ ਵਿਚਾਰ ਵਿੱਚ ਪੈ ਗਿਆ ਵਿਚਾਰ ਨੇ ਦੱਸਿਆ ਕਿ ਜੋਤ ਨਿਰੰਜਨੀ ਜੀ ਸੱਚ ਕਹਿ ਰਹੇ ਹਨ ਮਨ ਮੇਰਾ ਹੈ ਤੇ ਉਸ ਦੀ ਦਸ਼ਾ ਆਪ ਦੱਸ ਰਹੇ ਹਨ ਆਖਣ ਲੱਗਾ ਸੱਚ ਗਿਆਨੇ ਐਵੇਂ ਹੀ ਚਿੱਤ ਵਿੱਚ ਸਤਸੰਗ ਦਾ ਮਾਨ ਧਾਰੀ ਬੈਠਾ ਹਾਂ ਆਪਣੇ ਪੋਲ ਦੀ ਆਪ ਨੂੰ ਸੋਝੀ ਨਾ ਪਈ ਗੁਰੂ ਜੀ ਛੰਡਿਆ ਜੇ ਕਿਸੇ ਦੇ ਅੰਦਰ ਧੰਨ ਹੈ ਤੇ ਉਸ ਨੂੰ ਹਰ ਵੇਲੇ ਆਪਣੇ ਧੰਨ ਦਾ ਗਿਆਨ ਨਹੀਂ ਰਹਿੰਦਾ ਤਾਂ ਉਹ ਕਿਸੇ ਲੋੜ ਵੇਲੇ ਧੰਨ ਦੇ ਅੰਦਰ ਹੁੰਦਿਆਂ ਸੁਂਦਿਆਂ ਥੜ ਖੜ ਹੋਵੇਗਾ ਉਸ ਵੇਲੇ ਉਸ ਛਿੰਨ ਜਦੋਂ ਕਿ ਧੰਨ ਦੇ ਅੰਦਰ ਹੋਣ ਦਾ ਗਿਆਨ ਉਸ ਨੂੰ ਭੁੱਲ ਗਿਆ ਹੈ ਧੰਨ ਦਾ ਉਸ ਲਈ ਹੋਣਾ ਨਾ ਹੋਣਾ ਬਰਾਬਰ ਹੈ ਉਸਨੇ ਉਹਦੇ ਤਾਨੂੰ ਨਹੀਂ ਜਾਣਿਆ ਚੰਡਾ ਅੱਖਾਂ ਮੀਟੀ ਦਿਲ ਦਾ ਸਾਰਾ ਤਾਣ ਲਾ ਕੇ ਸਮਝਣ ਵਾਲ ਲੱਗ ਰਿਹਾ ਸੀ ਜਾਂ ਆਪ ਚੁੱਪ ਹੋ ਗਏ ਤਾਂ ਬੰਦ ਅੱਖਾਂ ਵਿੱਚ ਹੀ ਸਿਰ ਹਿਲਾ ਹਿਲਾ ਕੇ ਕਹਿਣ ਲੱਗਾ ਠੀਕ ਠੀਕ ਚੰਡੇ ਨੇ ਆਪਣੇ ਘਰ ਵਿੱਚ ਵਸਦੇ ਠਾਕੁਰ ਨੂੰ ਹੁੰਦਿਆਂ ਸੁਂਦਿਆਂ ਨਹੀਂ ਜਾਣਿਆ ਪਰ ਨਹੀਂ ਜਾਣਿਆ ਠੀਕ ਉਕਾ ਦਾ ਜਾਣਿਆ ਜੋ ਅਠੇ ਪਹਿਰ ਭੁੱਲ ਪਈ ਰਹੀ ਕਦੇ ਸਾਂਝ ਵੇਲੇ ਬਰਸਾਤ ਦੇ ਬਦਲਾਂ ਵਿੱਚੋਂ ਤਰਲੇ ਲੈ ਲੈ ਕੇ ਕੋਈ ਕਿਰਨ ਦਿੱਸੀ ਕੋਈ ਓਲੇ ਹੋ ਗਈ ਇਸ ਹਿਸਾਬ ਤਾਂ ਅਸਾਂ ਨਹੀਂ ਜਾਤਾ ਨਹੀਂ ਸਿਆਤਾ ਨਹੀਂ ਪਛਾਤਾ ਸਿਰ ਫੇਰ ਕੇ ਆਹ ਐਵੇਂ ਬੀਤ ਗਈ ਬਿਰਥਾ ਲੰਘ ਗਈ ਗੁਰੂ ਜੀ ਛੰਡਿਆ ਨਿਰਾਸ਼ ਵੀ ਨਾ ਹੋ ਜੋ ਤੈਨੂੰ ਲੱਗਣ ਲੱਗੀ ਹੈ ਜੋ ਤੈਨੂੰ ਭਗਵਾਨ ਦੇ ਮਿਲਾਪ ਦੀ ਤ੍ਰਿਖਾ ਹੈ ਸੋ ਵੀ ਤੰਤ ਤਾ ਜੋਗ ਹੈ ਉਸਨੇ ਮਿਲਾਉਣਾ ਹੈ ਜਿਸ ਦੇ ਅੰਦਰ ਦਰਸ਼ਨ ਦੀ ਸਿਕ ਨਹੀਂ ਤਾਂਗ ਨਹੀਂ ਉਹ ਤਾਂ ਮੁਰਦੇ ਸਮਾਨ ਹੈ ਮੁਰਦੇ ਨੂੰ ਮਿਲਾਪ ਦੇ ਕੋਈ ਅਰਥ ਨਹੀਂ ਹੁੰਦੇ ਤੇਰਾ ਮਨ ਜਿਉਂਦਾ ਹੈ ਜੋ ਸਿੱਖਦਾ ਹੈ ਸਮਝਣ ਗੋਚਰੀ ਗੱਲ ਇਹ ਹੈ ਕਿ ਤੂੰ ਉਸ ਨੂੰ ਜਾਣਿਆ ਨਹੀਂ ਸਹੀ ਨਹੀਂ ਕੀਤਾ ਝੰਡ ਤੜਫ ਕੇ ਕਿਵੇਂ ਜਾਣਾ ਕਿਵੇਂ ਸਿਆਣਾ ਗੁਰੂ ਜੀ ਪਰਮੇਸ਼ਰ ਅਨੰਤ ਹੈ ਉਸ ਦਾ ਕੋਈ ਆਦ ਨਹੀਂ ਕੋਈ ਅੰਤ ਨਹੀਂ ਅਸੀਂ ਅੰਤ ਵਾਲੇ ਹਾਂ ਅਨੰਤ ਤੇ ਅੰਤ ਵਾਲੇ ਵਿੱਚ ਵਿਥਾਂ ਪਈਆਂ ਹਨ ਇਹ ਵਿਥਾਂ ਦੂਰ ਕਰਨੀਆਂ ਹਨ ਝਾਂਡਾ ਤਰਲੇ ਦੀ ਸੁਰ ਵਿੱਚ ਕਿਵੇਂ ਜੀਓ ਜੀ ਕਿਵੇਂ ਗੁਰੂ ਜੀ ਅਨੰਤ ਤੇ ਅੰਤ ਵਾਲੇ ਵਿੱਚ ਇੱਕ ਵਿਥ ਕਾਲ ਦੀ ਹੈ ਸਮੇਂ ਦੀ ਸਾਡੇ ਸਾਰੇ ਅੰਤ ਵਾਲਿਆਂ ਦਾ ਕਾਲ ਯਾਨੀ ਸਮਾਂ ਛਿੰਛਿੰ ਕਰਕੇ ਲੰਘਦਾ ਹੈ ਜੇ ਅਸੀਂ ਛਿੰਛਿੰ ਦੀ ਸੰਭਾਲ ਕਰੀਏ ਤਾਂ ਹਰ ਛਿੰਨ ਸੰਭਾਲਦੇ ਹਾਂ ਸਾਰੀਆਂ ਛਿੰਨਾ ਦੀ ਇੱਕ ਮਾਨੋ ਲੜੀ ਜਈ ਬਣ ਜਾਏਗੀ ਇਸ ਨੂੰ ਕਹਾਂਗੇ ਸੰਭਾਲ ਦੀ ਲੜੀ ਇਹ ਲੜੀ ਇੱਕ ਤਰ੍ਹਾਂ ਦੀ ਲਗਾਤਾਰ ਹੋ ਜਾਏਗੀ ਮਾਨੋ ਅਸਾਂ ਕਾਲ ਦੀ ਹਰ ਛਿੰਨ ਨੂੰ ਸੰਭਾਲ ਕੇ ਆਪਣੇ ਤੇ ਆਨੰਦ ਦੇ ਵਿਚਾਲੇ ਕਾਲ ਦੀ ਨਦੀ ਉੱਤੇ ਇੱਕ ਪੁਲ ਬਣ ਲਿਆ ਹੈ ਤੇ ਇਸ ਵਿਥ ਨੂੰ ਮਨ ਦੂਰ ਕਰ ਲਿਆ ਹੈ। ਚੰਡਾ ਠੀਕ ਹੈ ਠੀਕ ਹੈ। ਇਹ ਸੋਣਾ ਕਰਕੇ ਸਮਝਾਇਆ ਨੇ। ਪਰਸ ਨੂੰ ਕਰਨੀ ਕਰਤਵ ਵਿੱਚ ਕੀ ਕੋ ਲਿਆਉਣਾ ਹੈ? ਉਹ ਜ਼ਰਾ ਖੋਲ ਕੇ ਦੱਸੋ ਨਾ ਜੀਓ। ਕਿਉਂਕਿ ਮੇਰਾ ਮਨ ਸ਼ਾਸਤਰ ਬੁੱਧੀ ਦੇ ਮਗਰ ਲੱਗ ਕੇ ਹੋਰਵੇਂ ਹੋਰਵੇਂ ਸਮਝਦਾ ਰਿਹਾ ਹੈ। ਜਿਸ ਨਾਲ ਮਨ ਤਾਂ ਸਬੂਧ ਹੁੰਦਾ ਗਿਆ ਹੈ ਪਰ ਹੁਣ ਸੋਝੀ ਪੈਂਦੀ ਹੈ ਕਿ ਅੰਦਰ ਪੜਿਆ ਘਟਿਆ ਕੁਝ ਨਹੀਂ ਕਰਨੀ ਕਰਤੋ ਦਾ ਵਲ ਠੀਕ ਨਹੀਂ ਆਇਆ ਤਾਂ ਹੀ ਸਦਾ ਵਿਆਕਲ ਹੁੰਦਾ ਰਿਹਾ ਹਾਂ ਗੁਰੂ ਜੀ ਪਰਮੇਸ਼ਰ ਹੈ ਇਹ ਗਲਤਾਂ ਪਰਤਖ ਹੈ ਉਸ ਦਾ ਸਰੂਪ ਹੈ ਹੀ ਤਾਂ ਹੈ ਸत्य ਸਰੂਪ ਹੈ ਸਰੂਪ ਠੀਕ ਹੈ ਝੰਡ ਜੀਓ ਹੋ ਸਤ ਤਿੰਨੇ ਕਾਲ ਸਤ ਸਦਾ ਸਤ ਉਹ ਹੈ ਇਹੋ ਦੱਸਿਆ ਨੇ ਨਾ ਗੁਰੂ ਜੀ ਹੈ ਉਹ ਹੈ ਇਹ ਉਸ ਦਾ ਇੱਕ ਸਰੂਪ ਹੈ ਉਹ ਹੈ ਇਹ ਭਾਅ ਸਾਡੇ ਅੰਦਰ ਨਹੀਂ ਹੈ ਸਾਡੇ ਅੰਦਰ ਉਹ ਹੈ ਇਹ ਭਾਅ ਕਿਵੇਂ ਵਸ ਜਾਵੇ ਤਾਂ ਉਸ ਦਾ ਸਰੂਪ ਅੰਦਰ ਵਸ ਗਿਆ ਸਾਡੀ ਜਾਣ ਵਿੱਚ ਆ ਗਿਆ ਪਰ ਅਸੀਂ ਕਾਲ ਵਿੱਚ ਵਸਦੇ ਹਾਂ ਕਾਲ ਸਾਡਾ ਛਿੰਚਣ ਕਰਕੇ ਲੰਘਦਾ ਹੈ ਮਨ ਦਾ ਸੰਕਲਪ ਛਿੰਚਣ ਵਿੱਚ ਹੋਰ ਨਾਂ ਪਰਚਿਆਂ ਸੋਚਾਂ ਵਿੱਚ ਤੁਰਿਆ ਜਾ ਰਿਹਾ ਹੈ ਮਨ ਉਹ ਸਾਡਾ ਸਾਰਾ ਕਾਲ ਹੈ ਭਾਵਨਾ ਦੇ ਵਿਸਾਰੇ ਵਿੱਚ ਲੰਘ ਜਾਂਦਾ ਹੈ ਜੇ ਅਸੀਂ ਵਿਸਾਰੇ ਦੀ ਥਾਂ ਯਾਦ ਨੂੰ ਕਹੋ ਜਾਂ ਚੇਤੇ ਨੂੰ ਕਹੋ ਜਾਂ ਸਿਮਰਣ ਨੂੰ ਕਹੋ ਅੰਦਰ ਪਾ ਲਈਏ ਝਾਂਡਾ ਜ਼ਰਾ ਕਾਲਾ ਹੋ ਕੇ ਕਿਵੇਂ ਗੁਰੂ ਜੀ ਪਰਮੇਸ਼ਰ ਹੈ ਇਹ ਗੱਲ ਹਰ ਛਿਨ ਅਸੀਂ ਯਾਦ ਰੱਖੀ ਸਾਡੇ ਚੇਤੇ ਵਿੱਚੋਂ ਉਹ ਹੈ ਇਹ ਗੱਲ ਕਿਸੇ ਛਿਨ ਨਾ ਨਿਕਲੇ ਤਾਂ ਸਮਝ ਲੈ ਕੇ ਇਹ ਸਿਆਣ ਲਗਾਤਾਰ ਸਿਆਣ ਹੋ ਕੇ ਸਾਨੂੰ ਉਸ ਦੇ ਹੈ ਹੋਣ ਦੀ ਬਜ ਜਾਏਗੀ ਕਿ ਨਾ ਹਰ ਛਿਨ ਯਾਦ ਰਹਿ ਕਿ ਉਹ ਹੈ ਤਾਂ ਕੋਈ ਛਿਨ ਨਾ ਆਉ ਕਿ ਸਾਨੂੰ ਹੈ ਭੁੱਲ ਜਾਵੇ ਤਦ ਹੈ ਦੀ ਗਿਆਤ ਲਗਾਤਾਰ ਸਾਡੇ ਅੰਦਰ ਹੋ ਗਈ ਅਸੀ ਕਾਲ ਦੀ ਨਦੀ ਉੱਤੇ ਪੁਲ ਬਣਾ ਕੇ ਆਨੰਦ ਦੇ ਦੇਸ਼ ਨਾਲ ਜਾਛੋਏ ਕਿ ਨਾ ਅੰਤ ਵਾਲੇ ਦੇ ਅੰਦਰ ਆਨੰਦ ਹੀ ਹੈ ਦਾ ਭਾਉ ਇੱਕ ਤਰ੍ਹਾਂ ਨਾਲ ਲਗਾਤਾਰ ਪਾ ਹੋ ਗਿਆ ਝੰਡਾ ਠੀਕ ਹੈ ਠੰਡਾ ਸਾ ਲੈ ਕੇ ਕਿਵੇਂ ਕੱਖ ਦੇ ਓਲਿਓਂ ਲਖ ਕੜ ਦਿਖਾਇਆ ਨੇ ਗੁਰੂ ਜੀ ਫਿਰ ਇਸ ਲਗਾਤਾਰ ਹੋਣ ਦਾ ਅੰਦਰ ਅਭਿਆਸ ਕਰੋ ਕਰਤਾਰ ਹੈ ਮੇਰੇ ਅੰਦਰ ਹੈ 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 ਚਿੰਤਨ ਕਰਦਿਆਂ ਚੇਤੇ ਵਿੱਚ ਹੈ ਵਸ ਜਾਏਗੀ ਫਿਰ ਚੇਤੇ ਵਿੱਚ ਰੱਖੀ ਗੱਲ ਤੁਰ ਅੰਦਰਲੇ ਚਿਤ ਵਿੱਚ ਉਤਰ ਜਾਏਗੀ ਕੋਈ ਦਿਨ ਐਸਾ ਆਵੇਗਾ ਕਿ ਇਹ ਪਰਵਾਹ ਲਗਾਤਾਰੀ ਹੋ ਜਾਏਗਾ ਸੁਭਾਵਕ ਹੋ ਜਾਏਗਾ ਸੁੱਤੇ ਸਿੱਧ ਟੁਰਦਾ ਰਹੇਗਾ ਤਦੋਂ ਸਮਝੀ ਕਿ ਪਰਮੇਸ਼ਰ ਨੂੰ ਕੁਝ ਜਾਣਿਆ ਹੈ ਚੰਡਾ ਸਤਸੰਗੀ ਕਹਾਉਣ ਵਾਲੇ ਲੋਕ, ਕਿ ਗਿਆਨੀ ਲੋਕ, ਕਥਾ ਕਰਨ ਵੇਲੇ, ਕਿ ਸਮਝਣ, ਸਮਝਾਉਣ ਵੇਲੇ, ਕਿ ਚਰਚਾਵਾਦ ਵੇਲੇ, ਜਾਂ ਕੋਈ ਵਿਰਲੇ ਘੜੀ ਅਧ ਘੜੀ ਬੈਠ ਕੇ ਤਰਲਾ ਲੈ ਕੇ ਸਮਝਦੇ ਹਨ ਕਿ ਅਸਾਂ ਸਾਈ ਨੂੰ ਜਾਣ ਲਿਆ ਹੈ। ਇਹੋ ਭੁੱਲ ਭਾਲਿਆਂ ਨੂੰ ਵਾਪਰ ਰਹੀ ਹੈ। ਅੱਠਾਂ ਪੈਰਾਂ ਵਿੱਚੋਂ ਸਤ ਪੈਰ ਤੇ ਪੋਣੀਆਂ ਅੱਠ ਘੜੀਆਂ ਪੁੱਲ ਵਿੱਚ ਵਸਦੇ ਮਨੋਂ ਦੂਰੀ ਵਿੱਚ ਰਹਿੰਦੇ ਵਿੱਥਾਂ ਤੇ ਖੜੋ ਕੇ ਕਾਲ ਦੀ ਨਦੀ ਵਿੱਚ ਕੱਖ ਪਲਾ ਇਕੱਠੇ ਕਰਦਿਆਂ ਲੰਘ ਜਾਂਦੇ ਹਨ ਫਿਰ ਅਸੀਂ ਕਹਿੰਦੇ ਹਾਂ ਅਸੀਂ ਸਤਸੰਗੀ ਹਾਂ ਰੱਬ ਦੇ ਪ੍ਰੇਮੀ ਹਾਂ ਭਲੇ ਹਾਂ ਵੈਰਾਗੀ ਹਾਂ ਅਸਾਂ ਜਾਤਾ ਹੈ ਬਾਕੀ ਦਾ ਜਗਤ ਮਗਨ ਅਵਸਥਾ ਵਿੱਚ ਹੈ ਫਿਰ ਅਸੀਂ ਉਹਨਾਂ ਨੂੰ ਉਪਦੇਸ਼ ਦੇਣ ਵੀ ਤੁਰ ਪੈਂਦੇ ਹਾਂ ਪੁੱਲ ਦਰ ਪੁੱਲ ਆਉਂਦੀ ਹੈ ਸ਼ੌਕ ਹੈ ਆਪੇ ਤੇ ਹਾਂ ਮੈਨੂੰ ਸ਼ੋਕ ਹੈ ਆਪਣੇ ਆਪੇ ਤੇ ਹਾਂਜੀ ਪਾਈ ਚੰਡਾ ਜੀ ਦੀ ਇਹ ਗੱਲ ਸਾਡੇ ਤੇ ਹੂ ਬਹੁਤ ਟੁਕਦੀ ਹੈ ਆਉ ਇਸ ਨੂੰ ਫਿਰ ਦੋਰਾ ਦਈਏ ਚੰਡਾ ਸਤਸੰਗੀ ਕਹਾਉਣ ਵਾਲੇ ਲੋਕ ਕਿ ਗਿਆਨੀ ਲੋਕ ਕਥਾ ਕਰਨ ਵੇਲੇ ਕਿ ਸਮਝਣ ਸਮਝਾਉਣ ਵੇਲੇ ਕਿ ਚਰਚਾਵਾਦ ਵੇਲੇ ਜਾਂ ਕੋਈ ਵਿਰਲੇ ਘੜੀ ਅੱਧ ਘੜੀ ਬੈਠ ਕੇ ਤਰਲਾ ਲੈ ਕੇ ਸਮਝਦੇ ਹਨ ਕਿ ਅਸਾਂ ਸਾਈ ਨੂੰ ਜਾਣ ਲਿਆ ਹੈ ਇਹੋ ਭੁੱਲ ਭਾਲਿਆਂ ਨੂੰ ਵਾਪਰ ਰਹੀ ਐ ਅਠਾਂ ਪੈਰਾਂ ਵਿੱਚੋਂ ਸਤ ਪੈਰ ਤੇ ਪੋਣੀਆਂ ਅਠ ਘੜੀਆਂ ਭੁੱਲ ਵਿੱਚ ਵਸਦੇ ਮਨੋਂ ਦੂਰੀ ਵਿੱਚ ਰਹਿੰਦੇ ਵਿੱਥਾਂ ਤੇ ਖੜੋ ਕੇ ਕਾਲ ਦੀ ਨਦੀ ਵਿੱਚ ਕੱਖ ਪਲਾ ਇਕੱਠੇ ਕਰਦਿਆਂ ਲੰਘ ਜਾਂਦੇ ਹਨ ਫਿਰ ਅਸੀਂ ਕਹਿੰਦੇ ਹਾਂ ਅਸੀਂ ਸਤਸੰਗੀ ਹਾਂ ਰੱਬ ਦੇ ਪ੍ਰੇਮੀ ਹਾਂ ਭਲੇ ਹਾਂ ਵੈਰਾਗੀ ਹਾਂ ਅਸੀਂ ਜਾਤਾ ਹੈ ਬਾਕੀ ਦਾ ਜਗਤ ਮਗਨ ਅਵਸਥਾ ਵਿੱਚ ਫਿਰ ਅਸੀਂ ਉਹਨਾਂ ਨੂੰ ਉਪਦੇਸ਼ ਦੇਣ ਵੀ ਤੁਰ ਪੈਂਦੇ ਹਾਂ ਭੁੱਲ ਦਰ ਭੁੱਲ ਆਉਂਦੀ ਹੈ ਸ਼ੌਕ ਹੈ ਆਪੇ ਤੇ ਹਾਂ ਮੈਨੂੰ ਸ਼ੌਕ ਹੈ ਆਪਣੇ ਆਪੇ ਤੇ ਗੁਰੂ ਜੀ ਕਾਲ ਛਿੰਨ ਛਿੰਨ ਕਰਕੇ ਟੁਰ ਰਿਹਾ ਹੈ ਪਰ ਭਾਸ ਦਾ ਇੱਕ ਵਗਦੀ ਧਾਰਾ ਵਾਂਗੂ ਹੈ ਤਿਵੇਂ ਛਿੰਨ ਛਿੰਨ ਵਿੱਚ ਸਾਈਂ ਨੂੰ ਯਾਦ ਰੱਖੋ ਇਹ ਛਿੰਨ ਛਿੰਨ ਦੀ ਯਾਦ ਇੱਕ ਅਵਿਰਲ ਧਾਰਾ ਵਾਂਗੂ ਪ੍ਰਵਾਹ ਬਣ ਜਾਏਗੀ ਜਿਵੇਂ ਧਨੀ ਨੂੰ ਆਪਣੇ ਧਨ ਦਾ ਗਿਆਨ ਲਗਾਤਾਰੀ ਹੈ ਤਦ ਇਹ ਉਹ ਧਨ ਦਾ ਸੁਖ ਮਾਣਦਾ ਹੈ ਜਿਵੇਂ ਸਾਈਂ ਦੀ ਹੋਣ ਦਾ ਅਭਿਆਸ ਲਗਾਤਾਰ ਹੋ ਕੇ ਗਿਆਨ ਰੂਪ ਹੋ ਜਾਏਗਾ ਲਗਾਤਾਰ ਹੈ ਦਾ ਭਾਵ ਚੇਤੇ ਵਿੱਚ ਵਸਦਾ ਵਸਦਾ ਚਿਤ ਵੀ ਟਿਕ ਜਾਏਗਾ ਤੇ ਚੇਤੇ ਵਿੱਚ ਲਗਾਤਾਰੀ ਗਿਆਨ ਪਾਸੇਗਾ ਇਸ ਤੋਂ ਸਵਾਦ ਰਸਤੇ ਆਨੰਦ ਮਿਲੇਗਾ ਝੰਡਾ ਮੈਂ ਜੋਤ ਨਿਰੰਝਨੀ ਜੀ ਸਮਝ ਲਿਆ ਸਵਾਦ ਆਇਆ ਹੈ ਪਰ ਡਰਦਾ ਹਾਂ ਕੁ ਚਿਰ ਨੂੰ ਛਿੰਛਿੰਦੀ ਯਾਦ ਭੁੱਲ ਜਾਏਗੀ ਸੁਣਦੇ ਤੇ ਸਮਝਦੇ ਸਾਰ ਰੌਣ ਟੁਰ ਨਹੀਂ ਪੈਂਦਾ ਪਰ ਆਪ ਦੇ ਬਚਨ ਦਾ ਸਦਕਾ ਹੁਣ ਤੁਰਦਾ ਲੱਗਦਾ ਹੈ ਕਿਤੇ ਇਹ ਘੜੀ ਕੋ ਨੂੰ ਖੜੋ ਨਾ ਜਾਵੇ ਗੁਰੂ ਜੀ ਝੰਡਿਆ ਗੱਲ ਤਾਂ ਗਾਉ ਕਰਕੇ ਪਕੜਨ ਵਾਲੀ ਮਨ ਦੇ ਪੱਲੇ ਵਿੱਚ ਪਾ ਕੇ ਖਿੱਚ ਕੇ ਗੰਢ ਦੇ ਲੈਣ ਵਾਲੀ ਹੈ ਇਹੋ ਜੇ ਕਿਸੇ ਦਾ ਮਨ ਉੱਚਾ ਸੁੱਚਾ ਹੈ ਤਾਂ ਸੁਣਦੇ ਸਾਰ ਇਹ ਯਾਦ ਦਾ ਰਾਉਂਡ ਟੁਰ ਪਏਗਾ ਇਹ ਮਨ ਦੀ ਅਵਸਥਾ ਦੀ ਗੱਲ ਹੈ ਕਈ ਮਨ ਐਸੇ ਆਨ ਕੇ ਸੁਣਦੇ ਸਾਰ ਲੱਗ ਪੈਂਦੇ ਹਨ ਪਰ ਐਸੇ ਮਨ ਵਿਰਲੇ ਹਨ ਕਮਾਏ ਹੋਏ ਮਨ ਜੋ ਦੀਵੇ ਵट्टी ਤੇਲ ਦੇ ਮੇਲ ਵਾਂਗੂ ਤਿਆਰ ਹੁੰਦੇ ਹਨ ਲਾੜ ਦੀ ਛੋਹ ਲੱਗਦੇ ਸਾਰ ਬਲ ਪੈਂਦੇ ਹਨ ਪਰ ਜੋ ਮਨ ਕਮਾਏ ਹੋਏ ਨਹੀਂ ਜਿਨ੍ਹਾਂ ਨੂੰ ਵੈਰਾਗ ਸਤਸੰਗ ਆਦਿ ਕੋਈ ਤਰਲੇ ਪਹਿਲੇ ਕਿ ਹੁਣ ਨਹੀਂ ਲੰਗੇ ਉਹ ਲੱਗ ਤਾਂ ਪੈਂਦੇ ਹਨ ਪਰ ਫਿਰ ਪੁੱਲਦੇ ਹਨ ਸਾਹਿਬ ਸੱਚੇ ਸਾਹਿਬ ਦੀ ਯਾਦ ਤੋਂ ਵਿਸਰ-ਵਿਸਰ ਜਾਂਦੇ ਹਨ ਉਹਨਾਂ ਨੂੰ ਫਿਰ ਇੱਕ ਹੋਰ ਸਮਝ ਕਰਨੀ ਪੈਂਦੀ ਹੈ ਚੰਡਾ ਉਹ ਜ਼ਰੂਰ ਦੱਸੋ ਮੈਨੂੰ ਆਪਣੇ ਮਨ ਤੇ ਪਤੀ ਜਣਾ ਨਹੀਂ ਕਿ ਹੁਣ ਵਾਂਗ ਉਟਰਿਆ ਰਹੇਗਾ ਮੇਰਾ ਮਨ ਕੱਚਾ ਹੈ ਖਿਆਲ ਕਰਦਾ ਹੈ ਕਿ ਮੈਂ ਵਧੀਆ ਕਿਸਮ ਦਾ ਹਾਂ ਪਰ ਹੈ ਸਾਧਾਰਨ ਜਿਹਾ ਤੇ ਕੱਚਾ ਜਿਹਾ ਗੁਰੂ ਜੀ ਕਦੇ ਮੁੰਡੇ ਪੜਦੇ ਡਿਠੇ ਨਹੀਂ ਇੱਕ ਇੱਕ ਪਦ ਨੂੰ ਕਿੰਨੀ ਕੰਨੀ ਵਾਰੀ ਘੋਖਦੇ ਹਨ ਘੋਖਦੇ ਆ ਘੋਖਦੇ ਆ ਉਹ ਪਦ ਉਸ ਦਾ ਅਰਥ ਉਹਨਾਂ ਦੇ ਚੇਤੇ ਵਿੱਚ ਬੈਠਦਾ ਏਠਾਂ ਚਿੱਤ ਵਿੱਚ ਲੈ ਜਾਂਦਾ ਹੈ ਫਿਰ ਕਦੇ ਨਹੀਂ ਪੁੱਲਦਾ ਜੇ ਕਿਸੇ ਗੱਲ ਨੂੰ ਘੜੀ-ਮੂੜੀ ਚੇਤੇ ਵਿੱਚ ਵਸਾਉਂਦੇ ਹੋ ਅੰਦਰ ਘਟ ਵਿੱਚ ਦਿਲ ਦੇ ਹਥਲੇ ਪਰਤ ਵਿੱਚ ਬੈਠ ਕੇ ਪੱਕੀ ਹੋ ਜਾਂਦੀ ਹੈ ਉਹ ਸਾਡਾ ਗਿਆਨ ਹੈ ਤੇ ਉਹ ਸੁਖ ਦਿੰਦਾ ਹੈ ਸੋ ਜੋ ਗੱਲ ਇੱਕੋ ਵਾਰੀ ਸੁਣ ਕੇ ਚੇਤੇ ਵਿੱਚ ਨਹੀਂ ਵਸ ਜਾਂਦੀ ਉਸ ਨੂੰ ਜੀਬ ਨਾਲ ਦੁਹਰਾਈਦਾ ਹੈ ਘੜੀ-ਮੂੜੀ ਉਚਾਰੀਦਾ ਹੈ ਰਟਣ ਕਰੀਦਾ ਹੈ ਉਹ ਫਿਰ ਚੇਤੇ ਵਿੱਚ ਵਸਦੀ ਹੈ ਵਾਓ ਇੱਕ ਚੇਤੇ ਵਿੱਚ ਕਿਸੇ ਸ਼ੈ ਨੂੰ ਵਸਾਉਣ ਲਈ ਉਸ ਦਾ ਬਾਰ ਬਾਰ ਰਟਨ ਕਰਨਾ ਸਹਾਇੀ ਹੁੰਦਾ ਹੈ ਜਿਵੇਂ ਤੈਨੂੰ ਦੱਸਿਆ ਸੀ ਕਿ ਚੇਤੇ ਵਿੱਚ ਕਿਸੇ ਗੱਲ ਨੂੰ ਬਾਰ ਬਾਰ ਵਸਾਇਆ ਉਹ ਗੱਲ ਚਿੱਤ ਵਿੱਚ ਮਨ ਦੇ ਹੇਠਲੇ ਪਰਤ ਵਿੱਚ ਵਸ ਜਾਂਦੀ ਹੈ ਸੋ ਪਰਤਖ ਹੈ ਕਿ ਚੇਤੇ ਵਿੱਚ ਵਸਾਉਣ ਲਈ ਬਹੁਤ ਵੇਰੀ ਸਾਨੂੰ ਰਸਨਾ ਦੇ ਰਟਨ ਤੋਂ ਸਹਾਇਤਾ ਮਿਲ ਜਾਂਦੀ ਹੈ ਇਹ ਗੱਲ ਕੇ ਰਟਨ ਨਾਲ ਬਾਰ-ਬਾਰ ਉਚਾਰਨ ਨਾਲ ਜਪਣ ਨਾਲ ਚੇਤੇ ਵਿੱਚ ਯਾਦ ਵਿੱਚ ਸਿਮਰਨ ਵਿੱਚ ਗੱਲ ਵਸ ਜਾਂਦੀ ਹੈ ਪਰ ਤਖ ਹੈ ਸਾਡੇ ਮਨ ਦੀ ਅੰਦਰਲੀ ਕਲਾ ਦੀ ਬਨਾਵਟ ਐਸੀ ਹੈ ਕਿ ਹਰ ਕੋਈ ਸਮਝਦਾ ਹੈ ਜਿੰਨੇ ਵਿਦਵਾਨ ਹਨ ਸਭ ਨੇ ਵਿਦਿਆ ਇਸੇ ਤਰ੍ਹਾਂ ਰਟ ਰਟ ਕੇ ਯਾਦ ਕਰ ਕਰਕੇ ਅੰਦਰ ਵਸਾਈ ਹੈ ਸੋ ਛੰਡਿਆ ਜੇ ਤੋਖਲਾ ਹੋਵੇ ਤਾਂ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਲਗਾਤਾਰ ਨਿਵਾਸ ਨਹੀਂ ਕਰੇਗੀ ਤਾਂ ਸਾਈਂ ਦਾ ਨਾਮ ਰਸਨਾ ਤੇ ਬਿਠਾ ਕੇ ਜਪ ਕਰੀ ਰਟਨ ਕਰੀਏ بار بار ਉਚਾਰੀਏ ਇਸ ਰਸਨਾ ਦੇ ਅਭਿਆਸ ਨਾਲ ਇਸ ਜੀਬ ਨਾਲ ਨਾਮ ਜਪਣ ਨਾਲ ਸਾਈਂ ਦੀ ਹੋਂਦ ਯਾਦ ਵਿੱਚ ਵਸ ਜਾਏਗੀ ਯਾਦ ਵਿੱਚੋਂ ਕਿਸੇ ਵੇਲੇ ਨਾ ਨਿਕਲਣ ਦੇਣ ਨਾਲ ਇਹ ਭਾਉ ਚਿੱਤ ਵਿੱਚ ਮਨ ਦੇ ਹਥਲੇ ਪਰਤ ਵਿੱਚ ਲਗਾਤਾਰ ਰੰਗ ਵੇ ਟਿਕ ਜਾਏਗਾ ਝੰਡਾ ਸੋ ਕੋਟ-ਕੋਟ ਕੇ ਸਾਰਾ ਧਿਆਨ ਲਾ ਲਾ ਕੇ ਸਮਝ ਰਿਆ ਸੀ ਹੁਣ ਇੱਕ ਲੰਮਾ ਸਾ ਲੈ ਕੇ ਤੇ ਉਫ ਜਈ ਮਦਮ ਆਵਾਜ਼ ਕਰਕੇ ਆਖਣ ਲੱਗਾ ਸਵਾਦ ਆ ਗਿਆ ਸਮਝੇ ਪੈ ਗਿਆ ਜੇ ਆਪ ਮੂਰਖ ਨੂੰ ਸਮਝਾਉਂਦੇ ਥੱਕ ਨਾ ਗਏ ਹੋਵੋ ਤਾਂ ਇੱਕ ਗੱਲ ਹੋਰ ਸਮਝਾ ਦਿਓ ਇਹ ਤਾਂ ਡਾਡਾ ਸੋਣਾ ਸਮਝੇ ਪੈ ਗਿਆ ਕਿ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਹਰ ਛਿਨ ਵਸੇ ਜੋ ਐਉਂ ਮੰਨ ਦੀ ਸੂਖਮ ਗਤੀ ਵਿੱਚ ਯਾਦ ਅਰਥਾਤ ਸਾਈਂ ਦੀ ਹੋਣ ਦੀ ਯਾਦ ਲਗਾਤਾਰੀ ਹੋ ਕੇ ਨਾ ਵਸੇ ਭੁੱਲ ਭੁੱਲ ਜਾਵੇ ਮੁੜ ਮੁੜ ਚੇਤੇ ਆਵੇ ਮੁੜ ਮੁੜ ਭੁੱਲ ਭੁੱਲ ਜਾਵੇ ਤਾਂ ਸਾਈਂ ਦਾ ਨਾਮ ਰਸਨਾ ਨਾਲ ਜਪੇ ਇਹ ਅਭਿਆਸ ਸਾਈਂ ਦੀ ਹੋਣ ਦੇ ਭਾਵ ਨੂੰ ਯਾਦ ਵਿੱਚ ਲਗਾਤਾਰੀ ਕਰ ਦੇਵੇਗਾ ਡਾਡਾ ਸਵਾਦ ਆਇਆ ਹੈ ਲੋਕੀ ਜੋ ਹੁਜਤਾ ਕੜਿਆ ਕਰਦੇ ਹਨ ਵਿਚਾਰ ਨਹੀਂ ਕਰਦੇ ਮੇਰੇ ਜੇ ਮੂਰਖਾ ਨੂੰ ਨਾਮ ਜਪਣ ਨਾਲ ਨਾਮ ਸਿਮਰਨ ਨਾਲ ਪ੍ਰਾਪਤ ਹੋਵੇਗਾ ਇਹੋ ਦੱਸਿਆ ਜੈਨਾ ਸਿਰ ਹਿਲਾ ਕੇ ਤੇ ਤੱਕ ਕੇ ਚਿਹਰੇ ਵੱਲੋਂ ਜਿੱਧਰੋਂ ਹਾਂ ਦਾ ਇਸ਼ਾਰਾ ਆਉਂਦਾ ਸੀ ਕਿ ਸਿਮਰਨ ਨਾਲ ਪਰਮੇਸ਼ਰ ਦੀ ਹੋਂਦ ਦਾ ਭਾਵ ਚਿਤ ਵੀ ਟਿਕ ਜਾਏਗਾ ਮੈਂ ਐਵੇਂ ਸਮਝਿਆ ਹੈ ਕਿ ਫਿਰ ਉੱਠਦੇ ਆਂ ਬੈਹਂਦੇ ਆਂ ਟੁਰਦੇ ਆਂ ਸੁੱਤਿਆਂ ਹਰ ਵੇਲੇ ਹੈ ਦਾ ਪਾਉ ਇੱਕ ਲਗਾਤਾਰੀ ਪਾਉ ਅੰਦਰ ਰਹੇਗਾ ਭਲਾ ਜੀ ਫਿਰ ਕੰਮ ਕਾਜ ਤੇ ਹੋਰ ਉਹ ਜਿਵੇਂ ਤਾਂ ਉਧਰੋਂ ਨਹੀਂ ਓਕਾ ਦੇਣਗੇ ਗੁਰੂ ਜੀ ਛੰਡਿਆ ਜਦ ਮਨ ਦੇ ਦੂਸਰੇ ਤਪਤੇ ਵਿੱਚ ਸੰਸਕਾਰੀ ਮਨ ਵਿੱਚ ਨਾਮ ਵਸ ਜਾਵੇਗਾ ਤਾਂ ਫਿਰ ਕੰਮ ਕਾਜ ਤਾਂ ਸਾਡਾ ਉਪਰਲਾ ਮਨ ਕਰਦਾ ਹੈ ਨਾ ਉਹ ਪਿਆ ਕਰੇਗਾ ਪਰ ਉਸ ਦੇ ਅੰਦਰ ਨਾਮ ਦਾ ਰੌਂ ਜਾ ਰਹੀ ਰਹੇਗਾ ਜਦ ਹੀ ਕੇ ਉਪਰਲਾ ਮਨ ਰੁਜੇਵੇ ਤਾਂ ਵੇਲਾ ਹੋਵੇਗਾ ਕੀ ਦੇਖੇਗਾ ਕਿ ਅੰਦਰੋਂ ਕਿਸੇ ਅਣਜਾਣੇ ਪਰਤ ਵਿੱਚੋਂ ਨਾਮ ਦੀ ਰੁਚੀ ਜ਼ੋਰ ਦੇ ਰਹੀ ਹੈ ਫਿਰ ਕੀ ਦੇਖੇਗਾ ਕਿ ਰੌ ਤੁਰ ਪਿਆ ਤੇ ਮਨ ਸਿਮਰਨ ਵਿੱਚ ਹੈ ਇਸ ਤਰ੍ਹਾਂ ਜਪਣ ਵਾਲਿਆਂ ਦੀ ਰਸਨਾ ਦਾ ਪਰਵਾਹ ਤਾਂ ਟੁਰਦਾ ਹੀ ਜਾਪਦਾ ਹੈ ਰੁਜੇਵੇਂ ਦੀ ਪਈ ਆਰਜ਼ੀ ਮੈਲ ਵੀ ਉਹਨਾਂ ਦੀ ਛੇਤੀ ਦੂਰ ਹੋ ਜਾਂਦੀ ਹੈ ਰੁਜੇਵੇਂ ਵੇਲੇ ਇਸ ਅੰਦਰਲੇ ਮਨ ਵਿੱਚ ਜਪ ਜਾਰੀ ਰਹਿਣ ਕਰਕੇ ਤੇ ਫਿਰ ਵੇਲੇ ਹੋ ਕੇ ਤੇ ਸਮਝ ਕੇ ਜਪੇ ਸਿਮਰਨ ਦੇ ਟੁਰ ਪੈਣ ਨਾਲ ਉਹ ਰੁਜੇਵੇਂ ਵੇਲੇ ਆਪ ਹੀ ਮੈਲ ਪਹਿਲਾਂ ਕੱਟੀ ਜਾਂਦੀ ਹੈ ਤੇ ਫਿਰ ਉਹ ਜਪ ਸਿਮਰਨ ਹੋ ਜਾਂਦਾ ਹੈ ਚੰਡਾ ਠੀਕ ਆਪ ਨੇ ਸਮਝਾਇਆ ਹੈ ਕਿ ਇਹ ਪਾਉ ਹੈ ਦਾ ਜਾਂ ਐਉਂ ਕਹੋ ਕਿ ਵਾਹਿਗੁਰੂ ਦੀ ਹੋਣ ਦਾ ਗਿਆਨ ਜਾਂ ਉਸ ਦਾ ਸਤ ਸਰੂਪ ਇਹ ਉਹ ਲਗਾਤਾਰੀ ਹੋ ਜਾਏਗਾ ਸਾਡੇ ਅੰਦਰ ਇਹ ਭਾਵ ਆਪਣੇ ਆਪ ਨੂੰ ਲਖਾਉਂਦਾ ਰਹੇਗਾ ਸਾਡੇ ਅੰਦਰ ਗੁਰੂ ਜੀ ਹਾਂ ਹੈ ਦਾ ਭਾਵ ਜਦ ਅੰਦਰ ਲਗਾਤਾਰੀ ਹੋ ਜਾਏਗਾ ਅੰਦਰਲਾ ਸਾਡਾ ਇੱਕ ਉੱਚਿਆਂ ਉਤੇ ਆਪੇ ਨੂੰ ਪ੍ਰਤੀਤ ਕਰੇਗਾ ਇੱਕ ਜਾਗਰਤ ਦਾ ਭਾਵ ਕਿ ਮਾਨੋ ਸੁੱਤੇ ਹੋਏ ਸਾਂ ਹੁਣੇ ਜਾਗੇ ਹਾਂ ਅੰਦਰ ਜਾਰੀ ਰਹੇਗਾ ਤਾਜ਼ਗੀ ਤਾਜ਼ਗੀ ਹਲਕਾ ਹਲਕਾ ਪਨ ਪਾਸੀਗਾ ਇਸ ਤਰ੍ਹਾਂ ਦੇ ਸਵਾਦ ਅੰਦਰਲੇ ਆਪੇ ਵਿੱਚ ਪ੍ਰਤੀਤ ਹੋਣਗੇ ਉਸ ਹਾਲਤ ਨੂੰ ਓਨ ਮੰਨ ਕਹੀਦਾ ਹੈ ਕਿ ਮਨ ਉਚਿਆਣ ਵਿੱਚ ਆ ਗਿਆ ਹੈ ਜਾਂ ਇਉਂ ਕਹੋ ਕਿ ਆਪਾ ਦਬਾਵਾਂ ਤੇ ਗਰਾਵਾਂ ਤੋਂ ਛੁੱਟ ਕੇ ਉੱਚਾ ਹੋ ਗਿਆ ਹੈ ਇਹ ਉਚਿਆਣ ਆਕੜ ਹੈਂਕਣ ਨਾ ਸਮਝਣੀ ਉਹ ਹੈਂਕਣ ਮਨ ਦੀ ਅਹੰਕਾਰ ਬਿਰਤੀ ਹੈ ਇਹ ਉਚਿਆਣ ਆਪੇ ਦਾ ਆਪੇ ਵਿੱਚ ਆ ਕੇ ਉੱਚੇ ਹੋਣਾ ਹੈ ਉਹਨਾਂ ਦੇ ਅਸਰਾਂ ਤੋਂ ਜੋ ਉਸ ਨੂੰ ਨੀਵਾ ਕਰੀ ਰੱਖਦੇ ਹਨ ਜਿਵੇਂ ਹੁਣ ਤੇਰਾ ਮਨ ਪ੍ਰਤੀਤ ਕਰ ਰਿਹਾ ਹੈ ਅੰਦਰਲੇ ਦੀ ਅਸਲੀ ਉਚਿਆਣ ਤੇ ਹੈਂਕੜ ਵਾਲੀ ਉਚਿਆਣ ਦਾ ਫਰਕ ਹੁਣ ਸਮਝ ਲਿਆ ਨੇ ਜਗਤ ਦੇ ਮਾਮਲੇ ਦੀਆਂ ਸੋਚਾਂ ਵਿਚਾਰਾਂ ਮਨ ਨੂੰ ਨੀਵਾ ਕਰੀ ਰੱਖਦੀਆਂ ਹਨ ਸਦਾ ਨੀਵੇਂ ਰਹਿਣ ਕਰਕੇ ਮਨੁੱਖ ਨੂੰ ਮਨ ਦੀ ਅਸਲੀ ਉਚਿਆਣ ਦੀ ਸੋਝੀ ਨਹੀਂ ਪੈਂਦੀ ਜਦੋਂ ਸਾਈਂ ਦੀ ਯਾਦ ਨਾਲ ਮਨ ਤੋਂ ਆ ਸੰਦੇਸ਼ੇ ਸੋਚਾਂ ਆਦਿਕਾਂ ਦੇ ਬੋਝ ਟੈ ਪੈਂਦੇ ਹਨ ਤਾਂ ਮਨ ਇਸ ਉਚਿਆਣ ਨੂੰ ਅਨੁਭਵ ਕਰਦਾ ਹੈ ਚੰਡਾ ਜੀ ਹਾਂ ਮੇਰੇ ਨਿਰੰਕਾਰ ਦੇ ਪਿਆਰੇ ਜੀਓ ਸਮਝਿਆ ਹੈ ਹਾਂ ਇੱਕ ਹੋਰ ਗੱਲ ਪੁੱਛਣ ਵਾਲੀ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਪਾਈ ਚੰਡਾ ਜੀ ਨੇ ਅੱਗੇ ਕੀ ਪੁੱਛਿਆ ਇਹ ਆਪ ਜੀ ਨੂੰ ਅਗਲੇ ਭਾਗ ਵਿੱਚ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ